ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਇਤਿਹਾਸਕਾਰ ਕਹਿੰਦੇ ਨੇ ਕਿ ਸਤਗੁਰੂ ਨੂੰ ਜਿਸ ਪਿੰਜਰੇ ਦੇ ਵਿੱਚ ਰੱਖਿਆ ਜਾਣਾ ਉਹ ਪਿੰਜਰਾ ਤਿਆਰ ਕੀਤਾ ਗਿਆ ਸੀ ਮਾੜੀ ਮੋਟੀ ਗੱਲ ਨਹੀਂ ਸੀ ਕਰੋੜਾਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੀ ਤੇ ਉਹਦੇ ਲਈ ਮਨਾਉਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾਉਣਾ ਇੰਨਾ ਸੌਖਾ ਤਾਂ ਕੰਮ ਹੈ ਨਹੀਂ ਵੀ ਆਪਾਂ ਕਵਾਂਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਹੋ ਹਾਂਜੀ ਆ ਗਏ ਆਂ ਮੁਸਲਮਾਨ ਬਣ ਲਈ ਤਿਆਰ ਹਾਂ ਹਾਂਜੀ ਤਿਆਰ ਹੈ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਬਣ ਕੇ ਕਰੋੜਾਂ ਹਿੰਦੂ ਵੀ ਬਣ ਗਏ ਜਿਹੜੇ ਮੰਦਰ ਸਨ ਉਥੇ ਮਸਜਿਦਾਂ ਬਣ ਜਾਣ ਗਈਆਂ ਧਰਮ ਕਦੇ ਕੋਈ ਮਾਰਾ ਨਹੀਂ ਹੁੰਦਾ ਵਿਦਵਾਨ ਸੱਜਣ ਲਿਖਦੇ ਐ ਧਰਮ ਕਦੇ ਕੋਈ ਮਾਰਾ ਨਹੀਂ ਮਾੜੇ ਠੇਕੇਦਾਰ ਹੁੰਦੇ ਐ ਜਿਹੜੇ ਧਰਮਾਂ ਦਾ ਨੁਕਸਾਨ ਕਰਦੇ ਐ ਨਾ Hindu ਧਰਮ ਮਾੜਾ ਨਾ ਈਸਾਈ ਮਾੜੇ ਨਾ ਮੁਸਲਮਾਨ ਮਾੜੇ ਧਰਮ ਸਾਰੇ ਚੰਗੇ ਐ ਵੇਖੋ ਇੱਕ ਪੰਘਾਣੀ ਦੀ ਜੰਗ ਹੋ ਰਹੀ ਹੈ ਉਹਦੇ ਵਿੱਚ ਪੀਰ ਬੁੱਧੂ ਸ਼ਾਹ ਆ ਕੇ ਜੰਗ ਕਰ ਰਹੇ ਐ ਤੇ ਪੀਰ ਬੁੱਧੂ ਸ਼ਾਹ ਨੂੰ ਮਾਰਨ ਵਾਲੇ ਵੀ ਤਾਂ ਉਹਨਾਂ ਦੇ ਆਪਣੇ ਧਰਮ ਭਾਈ ਐ ਪਰ ਉਹਨਾਂ ਨੇ ਸੱਚ ਦਾ ਸਾਹ ਦਿੱਤਾ ਗਣੀ ਖਾਨ ਅਬੀ ਖਾਨ ਉਹ ਹੀ ਸਨ ਮੁਸਲਮਾਨ ਹੀ ਸਨ ਪਰ ਨਹੀਂ ਉਹਨਾਂ ਨੇ ਸੱਚਾ ਮੁਸਲਮਾਨ ਬਣ ਕੇ ਦਿਖਾਇਆ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਰੱਖਣਾ ਹੈ ਉਹ ਤਾਂ ਪਹਿਲਾਂ ਹੀ ਵਿਸ਼ੇਸ਼ ਤੌਰ ਤੇ ਪਿੰਜਰਾ ਤਿਆਰ ਸੀ ਕਿ ਇੱਥੇ ਰੱਖਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜਿਹੜੇ ਸਿੰਘ ਜਿਹੜੇ ਗੁਰੂ ਦੇ ਸਿੱਖ ਗ੍ਰਿਫਤਾਰ ਕੀਤੇ ਗਏ ਨੇ ਸੈਬ ਨੂੰ ਕਈ ਦਿਨ ਭੁੱਖੇ ਰੱਖਿਆ ਗਿਆ ਕਸ਼ਟ ਦਿੱਤੇ ਗਏ ਟੌਰਚਰ ਕੀਤਾ ਗਿਆ ਗਵਰਨਮੈਂਟ ਬਹੁਤ ਵੱਡੀ ਸੀ ਏਸ਼ੀਆ ਦੀ ਉਸ ਟਾਈਮ ਦੀ ਸਭ ਤੋਂ ਵੱਡੀ ਗਵਰਨਮੈਂਟ ਸਭ ਤੋਂ ਵੱਡੀ ਤਾਕਤ ਸੀ ਔਰੰਗਜ਼ੇਬ ਕੋਈ ਮਾਰਾ ਮੋਟਾ ਬੰਦਾ ਨਹੀਂ ਸੀ ਜਿਹਨੇ ਆਪਣੇ ਪਿਓ ਨੂੰ ਨਹੀਂ ਬਖਸ਼ਿਆ 8.5 ਸਾਲ ਸ਼ਾਹਜਹਾਨ ਨੂੰ ਗੋਡੇ ਰਗੜ ਰਗੜ ਕੇ ਮਾਰਿਆ ਪਾਣੀ ਦਾ ਘੁੱਟ ਤੱਕ ਨਹੀਂ ਸੀ ਦਿੰਦਾ ਹੁੰਦਾ ਉਹਦੇ ਲਈ ਜਿਹਦੇ ਲਈ ਆਪਣੇ ਭਰਾ ਨਹੀਂ ਪਿਆਰੇ ਜਿਹਦੇ ਲਈ ਆਪਣਾ ਪਿਓ ਨਹੀਂ ਪਿਆਰਾ ਦੂਜੇ ਨੂੰ ਕੀ ਮਤਲਬ ਹੈ ਨਾ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਜਿਹੜਾ ਪਿੰਜਰਾ ਤਿਆਰ ਕੀਤਾ ਗਿਆ ਥੋੜਾ ਜਿਹਾ ਵੇਖਣ ਵਾਲੀ ਗੱਲ ਹੈ ਉੱਪਰ ਤੋਂ ਇਸ ਤਰ੍ਹਾਂ ਦਾ ਹੈ ਕਿ ਬੰਦਾ ਸਹੀ ਤਰ੍ਹਾਂ ਖੜ ਨਹੀਂ ਸਕਦਾ ਥੱਲੇੋਂ ਇਸ ਤਰ੍ਹਾਂ ਦਾ ਹੈ ਉਹਦੇ ਵਿੱਚ ਸੂਏ ਐ ਤਿੱਖੇ ਤਿੱਖੇ ਕਿ ਉਹਦੇ 'ਚ ਬਹਿਣਾ ਵੀ ਔਖਾ ਉਹ 'ਚ ਖੜਨਾ ਵੀ ਔਖਾ ਹੈ ਹਿਸਟਰੀ ਹੈ ਉਹਦੇ 'ਚ ਬਹਿਣਾ ਵੀ ਔਖਾ ਉਹਦੇ 'ਚ ਖੜਨਾ ਵੀ ਔਖਾ ਕਿਉਂਕਿ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਤੇ ਜਿੱਦੇ ਚ ਨਾ ਬੈਠਾ ਜਾਏ ਨਾ ਚੰਗੀ ਤਰ੍ਹਾਂ ਖੜਿਆ ਜਾਏ ਬੰਦਾ ਕੀ ਕੀ ਕਰੇਗਾ ਉਹਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਟੌਰਚਰ ਕੀਤਾ ਜਾਣਾ ਪਹਿਲਾਂ ਤਾਂ ਉਹਨਾਂ ਨੇ ਮਨਾਇਆ ਮਨੋਇਆ ਬਥੇਰਾ ਮੰਨ ਜਾਓ ਮੰਨ ਜਾਓ ਲੇਕਿਨ ਸਹਿਬ ਨੇ ਗਿਆ ਨਹੀਂ ਇੱਕ ਜ਼ਿੰਦਗੀ ਦਾ ਸਵਾਲ ਨਹੀਂ ਹਰ ਇਨਸਾਨ ਆਪਣੇ ਆਪ ਦੇ ਵਿੱਚ ਸਾਰੇ ਧਰਮਾਂ ਦਾ ਇੱਕ ਮੂਜਸਮਾ ਹੁੰਦਾ ਹੈ ਧਰਮ ਕੀ ਹੁੰਦੇ ਧਰਮ ਦਾ ਅਖੀਰ ਅਰਥ ਹੁੰਦਾ ਫਰਜ਼ ਪ੍ਰਿੰਸੀਪਲ ਤੇਜਾ ਸਿੰਘ ਨੇ ਬੜਾ ਸੋਣਾ ਅਰਥ ਕੀਤਾ ਧਰਮ ਦਾ ਅਖਰੀ ਅਰਥ ਹੁੰਦਾ ਫਰਜ਼ ਫਰਜ਼ ਆਪਣੀ ਫਰਜ਼ਾਂ ਦੀ ਪਹਿਚਾਨ ਕਰਨੀ ਤੇ ਗੁਰਬਾਣੀ ਵਿੱਚ ਧਰਮ ਤੇ ਪੰਥ ਦਾ ਮਤਲਬ ਹੈ ਰਾਹ ਰਸਤੇ ਉੱਤੇ ਤੁਰਨਾ ਰਸਤਾ ਕੋਈ ਮਾੜਾ ਥੋੜੀ ਹੁੰਦਾ ਹੁਣ ਇੱਥੋਂ ਨਿਊ ਜਾ ਕੇ ਜਾਣਾ ਹੋਵੇ ਤੇ ਵੱਖ-ਵੱਖ ਰਸਤੇ ਐ ਕੋਈ ਉੱਡ ਕੇ ਜਾ ਰਿਹਾ ਕੋਈ ਤੁਰ ਕੇ ਜਾ ਰਿਹਾ ਕੋਈ ਗੱਡੀ ਤੇ ਜਾਏਗਾ ਕੋਈ ਸ਼ਿਪ ਤੇ ਰਹੀਂ ਜਾਏਗਾ ਮਰਜੀ ਐ ਸਾਰੇ ਰਸਤੇ ਆਪੋ ਆਪਣੇ ਪਰ ਜੇ ਤੱਕੇ ਨਾਲ ਕੋਈ ਆਕੇ ਵੀ ਨਹੀਂ ਤੂੰ ਹਵਾਈ ਜਹਾਜ਼ ਰਹੀਂ ਜਾਣਾ ਉਹ ਫਿਰ ਤੱਕ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਭੈ ਕਾਹੂ ਕੋ ਪਰਿਓ ਦੇਤ ਨਹਿ ਨਹਿ ਭੈ ਮਨ ਤਾਂ ਨਾ ਭੈ ਚ ਰਹਿਣਾ ਨਾ ਭੈ ਦੇਣਾ ਨਾ ਡਰਨਾ ਨਾ ਡਰਾਉਣਾ ਤੱਕਾ ਨਹੀਂ ਕੀਤਾ ਜਾ ਸਕਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਤਸ਼ਾਹ ਨੇ ਕਿਹਾ ਵੀ ਬਹੁਤ ਵਧੀਆ ਧਰਮ ਹੈ ਪਰ ਤੂੰ ਤੱਕਾ ਨਾ ਕਰ ਵੀ ਤੂੰ ਜੇਕਰ ਮੁਸਲਮਾਨ ਬਣੇਗਾ ਤਾਂ ਹੀ ਰੱਬ ਨੂੰ ਪਾ ਸਕਦਾ ਜਿਵੇਂ ਇੱਥੇ ਸੜਕਾਂ ਤੇ ਕਈ ਵਾਰੀ ਬੋਰਡ ਲੱਗੇ ਹੁੰਦੇ ਐ ਕਿ ਕੇਵਲ ਤੇ ਕੇਵਲ ਜੀਜਸ ਦੇ ਰਾਹੀਂ ਹੀ ਤੁਸੀਂ ਰੱਬ ਨੂੰ ਮਿਲ ਸਕਦੇ ਹੋ ਇੱਕੋ ਹੀ ਰਸਤਾ ਹੈ ਜੀਜਸ ਉਹਦੇ ਤੋਂ ਬਗੈਰ ਤੁਸੀਂ ਰੱਬ ਨੂੰ ਨਹੀਂ ਪਾ ਸਕਦੇ ਕਈ ਵਾਰ ਇਥੇ ਬੋੜ ਲੱਗੇ ਪੜਦੇ ਆਪਾਂ ਐਸਾ ਜੀਜਸ ਨੇ ਨਹੀਂ ਕਿਹਾ ਹੋਵੇਗਾ ਠੇਕੇਦਾਰਾਂ ਦੀ ਬੋਲੀ ਹੈ ਕਿਉਂਕਿ ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ ਉਹ ਕਹਿੰਦਾ ਸਾਰੇ ਰੱਬ ਦੇ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪੰਜਵੀਂ ਜੋਤ ਵਿੱਚ ਨੇ ਤੇ ਉਹ ਲਿਖਦੇ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਵ ਤੂੰ ਮੇਰਾ ਤੂੰ ਮੇਰਾ ਰਾਖਾ ਸਭਣੀ ਤਾਂ ਭੋਕੇ ਹਾ ਕਾੜਾ ਜੀ ਆਪਾਂ ਸਾਰੇ ਤੇਰੇ ਬੱਚਿਆਂ ਤੂੰ ਸਾਡਾ ਸਾਰਿਆਂ ਦਾ ਪਿਤਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੁਣ ਟੌਰਚਰ ਕਰਨ ਦੇ ਲਈ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਲਿਆਂਦਾ ਗਿਆ ਥੋੜਾ ਜਿਹਾ ਖੋਲ ਕੇ ਇਹਨਾਂ ਦੀ ਸ਼ਹੀਦੀ ਨੂੰ ਬਿਆਨ ਕਰਾਂਗਾ ਉੱਥੇ ਜੋ ਜੋ ਹੋਇਆ ਇਹ ਨਹੀਂ ਮੈਂ ਕਹਿ ਕੇ ਗਾਂ ਤੁਰਾਂਗਾ ਕਿ ਉਹਨਾਂ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਮੈਂ ਕਹਤਾ ਤੁਸੀਂ ਸੁਣ ਲਿਆ ਪਰ ਸਹੀ ਤਰ੍ਹਾਂ ਦੇਖਿਓ ਉੱਥੇ ਹਾਲਾਤ ਕੀ ਵਾਪਰਦੇ ਆ ਚਾਂਦਨੀ ਚੌਕ ਚੁਣਿਆ ਗਿਆ ਜਿਹੜਾ ਲਾਲ ਕਿਲੇ ਦੇ ਸਾਹਮਣੇ ਹੈ ਜਿਹੜਾ ਪ੍ਰਮੁੱਖ ਹੈ ਉਸ ਸ਼ਹਿਰ ਦਾ ਇਲਾਕਾ ਬਹੁਤ ਵੱਡੀ ਤੈਦਾਦ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਜੁੜ ਸਕਦੇ ਆ ਉਹਨਾਂ ਨੇ ਲੋਕਾਂ ਨੂੰ ਡਰ ਦੇਣ ਦੇ ਲਈ ਕਿ ਆਪਾਂ ਕੀ ਕਰ ਸਕਦੇ ਆ ਸੁਣਿਓ ਗਵਰਨਮੈਂਟ ਨੇ ਆਪਾਂ ਕੀ ਕਰ ਸਕਦੇ ਆ ਆਓ ਲੋਕੋ ਤੁਹਾਨੂੰ ਆਪਾਂ ਦਿਖਾਈਏ ਖੁੱਲਾ ਸੱਦਾ ਦਿੱਤਾ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਆਏ ਵਿਚਾਰੇ ਮਸੂਮ ਸਨ ਕੀ ਕਰਦੇ ਹੋ ਕਰ ਵੀ ਕੀ ਬੰਦਾ ਸਕਦਾ ਕੋਈ ਬੰਦਾ ਹਰ ਸਾਰੀ ਸਾਰੀ ਨਸਾਨ ਜਾ ਕੇ ਆਪਣੀ ਧੌਣ ਅੱਗੇ ਨਹੀਂ ਕਰ ਸਕਦਾ ਹਿੰਮਤ ਚਾਹੀਦੀ ਹੈ ਬੰਦੇ ਵਿੱਚ ਧੌਣ ਅੱਗੇ ਕਰਨ ਦੇ ਲਈ ਤੇ ਲੜਨ ਦੇ ਲਈ ਕਹਿੰਦੇ ਨੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਪਿੰਜਰਾ ਉੱਥੇ ਹੀ ਪਹਿਲਾਂ ਰੱਖਿਆ ਗਿਆ ਸੀ ਰੱਖਿਆ ਗਿਆ ਨਾ ਖੜਿਆ ਜਾ ਸਕਦਾ ਨਾ ਬਿਠਾ ਜਾ ਸਕਦਾ ਜੰਮੇ ਮੈਂ ਪਹਿਲਾਂ ਕਿਹਾ ਉੱਪਰ ਵੀ ਸੂਲਾ ਹੇਠਾਂ ਵੀ ਸੂਲਾ ਬੜਾ ਮੁਸ਼ਕਲ ਸਤਗੁਰੂ ਦੇ ਚ ਖੜੇ ਹੋਣਗੇ ਉਹਨਾਂ ਨੇ ਜ਼ਮੀਨ ਦੇ ਵਿੱਚ ਦੋ ਲੱਕੜਾਂ ਗੱਡੀਆਂ ਨੈਗੇਟਿਵ ਪੋਜ਼ੀਟਿਵ ਦੋ ਲੱਕੜਾਂ ਗੱਡੀਆਂ ਭਾਰੀਆਂ ਭਾਰੀਆਂ ਲੱਕੜਾਂ ਐਸਾ ਉਹਨਾਂ ਨੂੰ ਜ਼ਮੀਨ ਦੇ ਵਿੱਚ ਗੱਡਿਆ ਕਿ ਜਿੰਨਾ ਮਰਜ਼ੀ ਉਹਨਾਂ ਨੂੰ ਕੋਈ ਬੰਦਾ ਹਲਾਵੇ ਉਹ ਡਿੱਗ ਨਹੀਂ ਸਕਦੀਆਂ ਇੱਕ ਆਰਾ ਤਿਆਰ ਕੀਤਾ ਜਿਹਦੀਆਂ ਦੋ ਮੁਠੀਆਂ ਨੇ ਵੱਡਾ ਸਾਰਾ ਆਰਾ ਹੈ ਦੋ ਬੰਦਿਆਂ ਨੂੰ ਚਲਾ ਸਕਦੇ ਆ ਦੋ ਜਲਾਦ ਹੈ ਜਿਨ੍ਹਾਂ ਦੀਆਂ ਸ਼ਕਲਾਂ ਹੀ ਬੜੀਆਂ ਡਰਾਉਣੀਆਂ ਤੇ ਜਿਨ੍ਹਾਂ ਨੂੰ ਬੰਦਾ ਵੱਢਣ ਲੱਗਿਆਂ ਕੋਈ ਅਫਸੋਸ ਨਹੀਂ ਹੁੰਦਾ ਕੋਈ ਅਫਸੋਸ ਨਹੀਂ ਉਹ ਵੀ ਖੜੇ ਉੱਥੇ ਹਜ਼ਾਰਾਂ ਲੋਕ ਖੜੇ ਐ ਲੋਕ ਵੇਖ ਕੇ ਹੈਰਾਨ ਆ ਲੱਕੜਾਂ ਗੱਡੀਆਂ ਆਰਾ ਵੀ ਇੱਥੇ ਰੱਖਿਆ ਇਹਨਾਂ ਨੇ ਇਹਨਾਂ ਨੇ ਕਰਨਾ ਕੀ ਹੈ ਕਹਿੰਦੇ ਨੇ ਭਾਈ ਸਾਹਿਬ ਭਾਈ ਮਤੀਦਾਸ ਭਾਈ ਸਾਹਿਬ ਭਾਈ ਦਿਆਲਾ ਭਾਈ ਸਾਹਿਬ ਭਾਈ ਸਤੀਦਾਸ ਤਿੰਨੇ ਹੀ ਸਿੱਖ ਮੌਜੂਦ ਐ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਤੀਦਾਸ ਨੂੰ ਲੈਂਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਤਸ਼ਾਹ ਦੇ ਨਾਲ ਗੱਲਾਂ ਬਾਤਾਂ ਹੋਈਆਂ ਭਾਈ ਸਾਹਿਬ ਦੀਆਂ ਕਹਿੰਦੇ ਭਾਈ ਮਤੀਦਾਸ ਦੇ ਸਾਹਮਣੇ ਦਿੱਲੀ ਦਾ ਚੋਟੀ ਦਾ ਕਾਜੀ ਮੌਜੂਦ ਹੈ ਕਾਜੀ ਕਹਿੰਦਾ ਮਤੀਦਾਸ ਤੈਨੂੰ ਪਤਾ ਲੱਗਣਾ ਜਿਹੜੀਆਂ ਗੱਡੀਆਂ ਇਹਨਾਂ ਦਾ ਕੀ ਕਰਨਾ ਭਾਈ ਮਤੀਦਾਸ ਕਹਿੰਦੇ ਤਾਂ ਗੱਡਣ ਵਾਲੇ ਨੂੰ ਪਤਾ ਹੋਏਗਾ ਉਹ ਕਹਿੰਦੇ ਤੁਹਾਡੀਆਂ ਦੋਨਾਂ ਬਾਹਾਂ ਇਹਨਾਂ ਦੇ ਨਾਲ ਬਨਣੀਆਂ ਲੱਤਾਂ ਬਨਣੀਆਂ ਫੇਰ ਕੀ ਕਰਨਾ ਬਤਾ ਆ ਜਿਹੜਾ ਆਰਾ ਪਿਆ ਇਹ ਆਰਾ ਤੁਹਾਡੇ ਇਥੇ ਸਿਰ ਤੇ ਰੱਖਣਾ ਹੈ ਔਰ ਇਸ ਆਰੇ ਦੇ ਨਾਲ ਤੁਹਾਡਾ ਸਰੀਰ ਚੀਰਨਾ ਹੈ ਇੱਕ ਵਾਰੀ ਦਿਲ ਦੀ ਢੁਗਾਈ ਤੋਂ ਆਖੋ ਸਤਨਾਮ ਵਾਹਿਗੁਰੂ ਆਰੇ ਦੇ ਨਾਲ ਤੁਹਾਡਾ ਸਰੀਰ ਚੀਰਨਾ ਹੈ ਦੋ ਫਾੜ ਕਰਨੇ ਤੁਹਾਡੇ ਸਰੀਰ ਦੇ ਕਰਾਉਣ ਲਈ ਤਿਆਰ ਹੂੰ ਭਾਈ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕੋਈ ਵੀ ਤਿਆਰ ਨਹੀਂ ਹੁੰਦਾ ਪਰ ਜੇਕਰ ਕੋਈ ਇਨਸਾਨ ਕਿਸੇ ਨਾਲ ੱੱਕਾ ਕਰੇ ਤੇ ੱੱਕਾ ਕਰਕੇ ਉਹਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕਰੇ ਜੋ ਮੰਨਣਾ ਹੀ ਨਾ ਚਾਹੁੰਦਾ ਹੋਵੇ ਤਾਂ ਫਿਰ ਜ਼ਿੰਦਗੀ ਕਾਦੇ ਕਾਦੇ ਵਾਸਤੇ ਮੈਨੂੰ ਐਸੀ ਲਾਈਫ ਨਹੀਂ ਚਾਹੀਦੀ ਜਿਹੜੇ ਜਿਹੜੀ ਮੇਰੀ ਗੁਰੂ ਦੀ ਸਿੱਖਿਆ ਤੋਂ ਦੂਰ ਲੈ ਜਾਏ ਗੁਰੂ ਦੇ ਪਿਆਰ ਤੋਂ ਦੂਰ ਲੈ ਜਾਏ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਉਹਨਾਂ ਨੇ ਪੁੱਛਿਆ ਤੁਹਾਡੀ ਕੋਈ ਆਖਰੀ ਸ਼ਹਿ ਹੈ ਉਹਨਾਂ ਨੇ ਭਾਈ ਸਾਹਿਬ ਨੂੰ ਜਦੋਂ ਪੁੱਛਿਆ ਤੇ ਭਾਈ ਸਾਹਿਬ ਨੇ ਅੱਗੇ ਸਿਰਫ ਇੰਨਾ ਹੀ ਕਿਹਾ ਮੇਰਾ ਮੂੰਹ ਮੇਰੇ ਮਰਨ ਤੱਕ ਗੁਰੂ ਤੇਗ ਬਹਾਦਰ ਸਾਹਿਬਲ ਹੋਣਾ ਚਾਹੀਦਾ ਕੁਝ ਸਤਨਾਮ ਕਿੰਦੇ ਨੇ ਪਾਈ ਸਾਹਿਬ ਭਾਈ ਮਤੀ ਦਾਸ ਦੀਆਂ ਦੋਨੋਂ ਬਾਵਾ ਦੋਨੋਂ ਲੱਕੜਾਂ ਨਾਲ ਬੰਨੀਆਂ ਦੋਨੋਂ ਲੱਤਾਂ ਵੀ ਦੋਨੋਂ ਪਾਸੇ ਬੰਨ੍ਹ ਦਿੱਤੀਆਂ ਗਈਆਂ ਜਲਾਦਾ ਨੇ ਭਾਈ ਸਾਹਿਬ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖ ਦਿੱਤਾ ਬਹੁਤ ਵੱਡੀ ਤਾਦਾਦ ਵਿੱਚ ਜਿਹੜੀ ਸੰਗਤ ਉੱਥੇ ਮੌਜੂਦ ਹੈ ਉਹ ਦੇਖ ਰਹੀ ਹੈ ਲੋਕ ਸੋਚਦੇ ਆ ਸ਼ਦਾਈਓ ਕਿਹੜਾ ਜ਼ੁਲਮ ਕਰਨ ਲੱਗੇ ਹੋ ਹੁਣ ਵੀ ਰੁਕੋਏ ਹੁਣ ਵੀ ਰੁਕੇ ਹੁਣ ਵੀ ਰੁਕੇ ਪਿਛੈ ਤਰਸ ਆ ਜਾਏ ਕੋਈ ਬੰਦਾ ਵੱਡਣਾ ਸੌਕੀ ਗੱਲ ਐ ਔਰ ਐਸੇ ਤਰੀਕੇ ਨਾਲ ਸ਼ਰੀਆ ਲੋਕਾਂ ਅੰਦਰ ਡਰ ਦੇਣ ਦੇ ਲਈ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਆਖਰੀ ਵਾਰ ਪੁੱਛਿਆ ਭਾਈ ਸਾਹਿਬ ਬਿਆਨ ਦੇ ਦੋ ਅਜੇ ਵੀ ਮੰਨ ਜਾਓ ਮੁਸਲਮਾਨ ਬਣ ਜਾਓ ਤਰ ਮਤੇ ਧਰਮੀ ਹੁੰਦਾ ਹੈ ਭਾਈ ਸਾਹਿਬ ਨੇ ਕਿਹਾ ਮਾੜੀ ਗੱਲ ਨਹੀਂ ਐ ਪਰ ਤੱਕੇ ਨਾਲ ਨਹੀਂ ਮੰਨਣ ਲੱਗੇ ਤੱਕਾ ਕਰੋਗੇ ਉਹ ਨਹੀਂ ਮੰਨਣਾ ਫਿਰ ਜਿਹੜੀ ਉੱਥੇ ਸੰਗਤ ਮੌਜੂਦ ਹੈ ਜਿਹੜੇ ਉੱਥੇ ਲੋਕ ਮੌਜੂਦ ਨੇ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਐ ਤੇ ਕਾਜੀ ਨੇ ਇਸ਼ਾਰਾ ਕੀਤਾ ਵੀ ਸ਼ੁਰੂ ਕਰ ਦਿਓ ਜੀ ਆਰਾ ਚਲਾਉਣਾ ਹੁਣ ਲੱਕੜ ਤਾਂ ਨਹੀਂ ਸੀ ਬੰਦਾ ਸੀ ਤੇ ਭਾਈ ਸਾਹਿਬ ਭਾਈ ਮਤੀਦਾ ਦੇ ਸਿਰ ਦੇ ਉੱਤੇ ਆਰਾ ਰੱਖਿਆ ਜਦੋਂ ਆਰੇ ਨੇ ਆਪਣੇ ਤਿੱਖੇ ਤਿੱਖੇ ਦੰਦਿਆਂ ਦੇ ਨਾਲ ਭਾਈ ਸਾਹਿਬ ਦੀ ਜਿਹੜੀ ਜਿਹੜਾ ਸੀਸ ਸੀ ਉਹਨੂੰ ਚੀਰਨਾ ਸ਼ੁਰੂ ਕੀਤਾ ਤੇ ਪਿਆਰਿਓ ਭਾਈ ਸਾਹਿਬ ਭਾਈ ਮਤੀਦਾ ਨੇ ਜਪਜੀ ਸਾਹਿਬ ਸ਼ੁਰੂ ਕਰ ਲਿਆ ਆਖੋ ਸਤਨਾਮ ਵਾਹਿਗੁਰੂ ੴ ਸਤਨਾਮ ਕਰਤਾ purakh nirbhau nirvair akal murat ajuni sa bhang gur prasad ਜਦੋਂ ਜਬਜੀ ਸਾਹਿਬ ਆਪਣੀ ਰਵਾਨਗੀ ਵਿੱਚ ਤੁਰ ਰਿਹਾ ਹੈ ਤੇ ਬੜੀ ਤੇਜ ਤੇਜ ਤਰਾਰੀ ਦੇ ਨਾਲ ਉਹ ਦੋਨੋਂ ਜਲਾਦ ਚੋਰ ਲਾਲ ਆ ਕੇ ਸੱਜੇ ਪਾਸੇ ਨੈਗੇਟਿਵ ਪੋਜ਼ੀਟਿਵ ਤੇ ਭਾਈ ਸਾਹਿਬ ਦਾ ਸਰੀਰ ਚੀਰੀ ਜਾ ਰੇ ਚੀਰੀ ਜਾ ਰੇ ਉਹਨਾਂ ਦੇ ਸਰੀਰ ਜਿਹੜਾ ਨਾ ਉਹਦੇ ਵਿੱਚੋਂ ਲਉ ਨਦੀ ਵਗਈ ਕੁਛ ਸਤਨਾਮ ਵਾਹ ਲੋਕ ਰੋ ਰਹੇ ਵਿਚਾਰੇ ਮੂੰਹ ਚੁੰਗਲਾਂ ਪਾਰੇ ਇਹ ਕੀ ਜ਼ੁਲਮ ਕਰ ਦਿੱਤਾ ਤੁਸੀਂ ਵੇਖਦਿਆਂ ਵੇਖਦਿਆਂ ਭਾਈ ਸਾਹਿਬ ਭਾਈ ਮਤੀ ਦਾਸ ਦਾ ਜਿਹੜਾ ਇਹ ਕੋਈ ਝੂਠ ਨਹੀਂ ਹੈ ਇਹਨੂੰ ਹਿਸਟਰੀ ਕਹਿੰਦੇ ਆ ਹਿਸਟਰੀ ਵੇਖਦਿਆਂ ਵੇਖਦਿਆਂ ਭਾਈ ਸਾਹਿਬ ਭਾਈ ਮਤੀ ਦਾਸ ਦਾ ਜਿਹੜਾ ਸ਼ਰੀਰ ਸੀ ਉਹ ਦੋ ਫਾੜ ਹੋ ਗਿਆ ਤੇ ਦੋਨੋਂ ਲੱਕੜਾਂ ਦੇ ਨਾਲ ਲਟਕ ਗਿਆ ਔਰ ਇਨਾ ਖੂਨ ਸੀ ਕਿ ਉਹਦੇ ਵਿੱਚ ਨਹਾਤਾ ਜਾ ਸਕਦਾ ਸੀ ਪਰ ਨਾਚਿਰਨ ਵਾਲਿਆਂ ਨੂੰ ਉਹਨਾਂ ਦਾ ਸ਼ਰੀਰ ਕੋਈ ਅਫਸੋਸ ਹੋਇਆ ਤੇ ਨਾ ਉਹਨਾਂ ਉਹਨਾਂ ਨੂੰ ਉਸ ਜ਼ੁਲਮੀ ਸਰਕਾਰ ਨੂੰ ਜਿਹੜੀ ਸਭ ਕੁਝ ਕਰਵਾ ਰਹੀ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸਿੱਖ ਨੇ ਕਹਿ ਦਿੱਤਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਦੀ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ ਸੀ ਲੇਕਿਨ ਸਹਿਬ ਨਹੀਂ ਡੋਲੇ ਇਹ ਹੁੰਦਾ ਕਿਸੇ ਲਈ ਕੁਝ ਕਰਨਾ ਆਪਣੇ ਲਈ ਤਾਂ ਮੈਂ ਸਭ ਕੁਝ ਕਰ ਲਵਾਂ ਪਰ ਮੈਂ ਬੰਦਾ ਉਸ ਦਿਨ ਧਰਮੀ ਉਸ ਦਿਨ ਜਦਨ ਮੈਂ ਤੁਹਾਡੇ ਲਈ ਕੁਝ ਕਰਾਂ ਮੈਂ ਕਿਸੇ ਲਈ ਕੁਝ ਕਰਾਂ ਮੈਂ ਆਪਣੇ ਬੱਚੇ ਨੂੰ ਤਾਂ 200 400 ਡਾਲਰ ਦੇ ਸ਼ੂ ਲੈ ਕੇ ਦੇ ਦਾਂਗਾ ਵਧੀਆ ਕੱਪੜੇ ਲੈ ਕੇ ਦੇ ਦਾਂਗਾ ਵਧੀਆ ਲਾਈਫ ਦੇ ਦਵਾਂਗਾ ਪਰ ਧਰਮੀ ਉਸ ਦਿਨ ਆਪਾਂ ਬਣਦੇ ਆਂ ਇਨਸਾਨ ਉਸ ਦਿਨ ਬਣਦੇ ਆ ਜਦੋਂ ਆਪਾਂ ਕਿਸੇ ਦਾ ਰੋ ਰਿਆ ਕੁਰਲਾ ਰਿਆ ਬੱਚਾ ਹੋਵੇ ਤੇ ਆਪਾਂ ਉਹਦੇ ਲਈ ਕੁਝ ਕਰੀਏ ਫਿਰ ਗੱਲ ਬੰਦੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਲਈ ਨਹੀਂ ਸਾਡੇ ਲਈ ਦੂਜਿਆਂ ਦੇ ਲਈ ਕੁਝ ਕੀਤਾ ਕਹਿੰਦੇ ਦੂਸਰਾ ਸਿੱਖ ਤਿਆਰ ਹੋਇਆ ਭਾਈ ਸਾਹਿਬ ਭਾਈ ਦਿਆਲਾ ਚੁੱਲਾ ਬਹੁਤ ਵੱਡਾ ਲਾਇਆ ਉਹਦੇ ਦੇਖ ਰੱਖੀ ਹੋਈ ਪਾਣੀ ਉਬਲ ਰਿਹਾ ਭਾਈ ਸਾਹਿਬ ਭਾਈ ਦਿਆਲਾ ਜਿਹਨੂੰ ਲਿਆਂਦਾ ਗਿਆ ਕਹਿੰਦੇ ਤੇਰੀ ਵੀ ਇਤੋਂ ਮਾੜੀ ਹਾਲਤ ਹੋਣੀ ਇਸਲਾਮ ਕਬੂਲ ਕਰ ਲੋ ਭਾਈ ਸਾਹਿਬ ਨੇ ਵੀ ਉਹੀ ਗੱਲ ਆਖੀ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਔਰ ਕੱਖ ਨਹੀਂ ਚਾਹੀਦਾ ਧਰਮ ਕੋਈ ਮਾਰਾ ਨਹੀਂ ਪਰ ਧੱਕਾ ਕਰੋਗੇ ਤੇ ਮੈਂ ਨਹੀਂ ਮੰਨਣਾ ਗੁਰੂ ਤੇਗਪਾਦਰ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਭਾਈ ਸਾਹਿਬ ਭਾਈ ਦਿਆਲਾ ਜੀ ਜਿਹੜੇ ਸਨ ਉਹਨਾਂ ਨੂੰ ਦੇਗ ਵਿੱਚ ਬਿਠਾ ਦਿੱਤਾ ਗਿਆ ਆਪਾਂ ਫੋਟੋਆਂ ਵਿੱਚ ਜੋ ਦੇਖਦੇ ਆ ਉਹ ਰਿਐਲਿਟੀ ਨਹੀਂ ਹੈ ਫੋਟੋਆਂ ਸਾਨੂੰ ਸੰਕੇਤ ਦਿੰਦੀਆਂ ਨੇ ਕਿ ਭਾਈ ਸਾਹਿਬ ਭਾਈ ਦਿਆਲਾ ਦਾ ਸੀਸ ਉੱਪਰ ਹੈ ਨਹੀਂ ਐਸਾ ਨਹੀਂ ਸੀ ਹੋਇਆ ਜਦੋਂ ਹਿਸਟਰੀ ਪੜਦੇ ਹਾਂ ਉਹਨਾਂ ਉਹਨਾਂ ਮੁਸਲਮਾਨ ਜਿਹੜੇ ਹਿਸਟੋਰੀਕਲ ਹੋਏ ਨੇ ਉਹਨਾਂ ਦੀ ਪੜਦੇ ਹੋ ਉਹ ਕਹਿੰਦੇ ਭਾਈ ਸਾਹਿਬ ਭਾਈ ਦਿਆਲਾ ਨੂੰ ਬਿਠਾ ਕੇ ਦੇਗ ਦੇ ਵਿੱਚ ਦੇਗ ਦਾ ਟੱਕਣ ਉੱਪਰ ਰੱਖ ਕੇ ਤੇ ਚੰਗੀ ਤਰ੍ਹਾਂ ਘੁੱਟ ਕੇ ਉਹਨੂੰ ਦੇਗ ਨੂੰ ਬੰਨ ਦਿੱਤਾ ਗਿਆ ਸੀ ਉੱਪਰੋਂ ਕਿ ਸੇਕ ਬਾਹਰ ਨਾ ਨਿਕਲੇ ਤੇ ਜਿਹੜਾ ਬੰਦਾ ਇਹਦੇ ਵਿੱਚ ਹੈ ਵਿੱਚੇ ਹੀ ਤੜਫੇ ਬਾਹਰ ਨਿਕਲ ਨਾ ਸਕੇ ਕਿੰਨਾ ਪਾਣੀ ਗਰਮ ਕੀਤਾ ਗਿਆ ਹੋਵੇਗਾ 100 ਡਿਗਰੀ ਤੋਂ ਉੱਪਰ ਇਹ ਹੀ ਕਹਿ ਸਕਦਾ ਮੈਂ ਉਹ ਪਾਣੀ ਜਿਹਦੇ ਵਿੱਚ ਇੱਕ ਉਂਗਲ ਪਾਓ ਤੇ ਬੰਦਾ 10 ਦਿਨ ਉਹਦੇ ਤੇ ਮਲਮਾ ਹੀ ਲਾਉਂਦਾ ਰਹਿੰਦਾ ਕਿ ਸੇਕ ਲੱਗਦਾ ਸਾੜ ਪੈ ਰਿਆ ਤੇ ਭਾਈ ਸਾਹਿਬ ਭਾਈ ਦਿਯਾਲਾ ਧੰਨ ਮੈਂ ਕਿਨਾ ਕੁਰਬਾਨੀ ਧੰਨ ਕੁਰਬਾਨੀ ਭਾਈ ਸਾਹਿਬ ਭਾਈ ਦਿਯਾਲਾ ਜੀ ਦੀ ਕਿ ਦੇਗ ਦੇ ਵਿੱਚ ਰੱਖ ਕੇ ਉੱਪਰ ਘੁੱਟ ਕੇ ਟੱਕਣ ਬੰਨ ਦਿੱਤਾ ਗਿਆ ਤੇ ਉਸ ਦੇਗ ਦੇ ਅੰਦਰ ਹੀ ਭਾਈ ਸਾਹਿਬ ਭਾਈ ਦਿਯਾਲਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਹੋ ਗਏ ਆਖੋ ਜੀ ਸਤਨਾਮ ਵਾਹਿ ਏ ਕੋਈ ਮਾੜੀ ਮੋਟੀ ਸ਼ਹਾਦਤ ਨਹੀਂ ਸੀ ਲੂ ਕੰਡੇ ਹੋ ਖੜੇ ਹੋਗੇ ਲੋਕਾਂ ਦੇ ਕਹਿੰਦੇ ਆਖਰੀ ਰਹਿ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਹੁਣ ਹੀ ਮੰਨ ਜਾਓ ਸਾਹਿਬ ਨੇ ਕਿਹਾ ਨਹੀਂ ਤੱਕਾ ਕਰ ਰਿਓ ਹੁਣ ਤਾਂ ਬਿਲਕੁਲ ਨਹੀਂ ਤੱਕਾ ਨਹੀਂ ਮੈਂ ਸਹਿਣਾ ਨਾ ਸਹਿਣਾ ਨਾ ਸਹਿਣ ਦੇਣਾ ਨਾ ਕਰਨਾ ਨਾ ਕਰਨ ਦੇਣਾ ਭਾਈ ਸਾਹਿਬ ਭਾਈ ਸਤੀਦਾਸ ਨੂੰ ਕਿਹਾ ਦੋ ਸਿੱਖਾਂ ਦਾ ਦੋ ਆਪਣੇ ਸਾਥੀਆਂ ਦਾ ਤੂੰ ਹਾਲ ਦੇਖਿਆ ਤੇਰਾ ਇਹਨਾਂ ਤੋਂ ਵੀ ਮਾਰਾ ਕੀਤਾ ਜਾਣਾ ਅਜੇ ਵੀ ਮੰਨ ਜਾ ਉਹਨਾਂ ਨੇ ਕਿਹਾ ਸ਼ਰੀਰ ਹੈ ਸਾੜ ਦੋ ਕੀ ਕਰ ਲੋਗੇ ਕਹਿੰਦੇ ਸਾੜਾਂਗੇ ਹੀ ਫਿਰ ਹੁਣ ਭਾਈ ਸਾਹਿਬ ਭਾਈ ਸਤੀਦਾਸ ਨੂੰ ਜਿੱਥੇ ਖੜਾ ਕੀਤਾ ਗਿਆ ਉਥੇ ਰੂਹ ਰੱਖਿਆ ਬਹੁਤ ਜ਼ਿਆਦਾ ਰੂਹ ਲਪੇਟ ਦਿੱਤਾ ਗਿਆ ਭਾਈ ਸਾਹਿਬ ਦੇ ਮੂੰਹ ਤੱਕ ਪੂਰਾ ਚੰਗੀ ਤਰ੍ਹਾਂ ਰੂਹ ਲਪੇਟ ਕੇ ਭਾਈ ਸਾਹਿਬ ਭਾਈ ਸਤੀਦਾਸ ਨੂੰ 1675 ਦੀ ਗੱਲ ਹੈ ਪਿਆਰਿਓ ਭਾਈ ਸਾਹਿਬ ਭਾਈ ਸਤੀਦਾਸ ਨੂੰ ਜਿਉਂਦਿਆਂ ਜੀ ਸ਼ਰੀਰ ਉਹਨਾਂ ਦੇ ਨੂੰ ਅਗਨ ਭੇਂਟ ਕਰ ਦਿੱਤਾ ਗਿਆ ਅੱਗ ਲਗਾ ਦਿੱਤੀ ਗਈ ਉਹਨਾਂ ਦੇ ਸ਼ਰੀਰ ਨੂੰ ਤੇ ਜਿਉਂਦੇ ਕਿਸੇ ਇਨਸਾਨ ਨੂੰ ਸੜਦੇ ਵੇਖਣਾ ਤੇ ਸਾੜਨਾ ਇਹ ਹਵਾਨੀਅਤ ਦਾ ਕੰਮ ਹੈ 1675 ਵਿੱਚ ਭਾਈ ਸਾਹਿਬ ਭਾਈ ਮਤੀ ਦਾਸ ਦਾ ਜਿਉਂਦਿਆਂ ਜੀ ਸ਼ਰੀਰ ਸਾੜਿਆ ਗਿਆ 1984 ਦੇ ਵਿੱਚ ਗਲਾਂ ਚ ਟੈਰ ਪਾਪਾ ਕਿ ਉਸੇ ਹੀ ਦਿੱਲੀ ਦੇ ਵਿੱਚ ਬਾਚੇ ਹਜ਼ਾਰਾਂ ਸਿੱਖ ਸਾੜ ਦਿੱਤੇ ਗਏ ਪਰ ਉਸ ਟਾਈਮ ਭਾਈ ਸਾਹਿਬ ਭਾਈ ਸਤੀ ਦਾਸ ਨੇ ਕਿਸੇ ਦੂਸਰੇ ਦੇ ਸੜਦੇ ਘਰ ਨੂੰ ਬਚਾਉਣ ਦੇ ਲਈ ਆਪਣਾ ਸ਼ਰੀਰ ਸਾੜਿਆ ਪਰ 1984 ਦੇ ਵਿੱਚ ਪੂਰੀ ਕੌਮ ਨੂੰ ਖਤਮ ਕਰਨ ਦੇ ਲਈ ਹਜ਼ਾਰਾਂ ਦੀ ਤੈਦਾਦ ਵਿੱਚ ਸਿੱਖਾਂ ਨੂੰ ਸਾੜ ਦਿੱਤਾ ਗਿਆ। ਔਰ ਜਿਉਂਦਿਆਂ ਜੀ ਭਾਈ ਸਾਹਿਬ ਭਾਈ ਸਤੀ ਦਾਸ ਦਾ ਸਰੀਰ ਅਗਨ ਭੇਂਟ ਕਰ ਦਿੱਤਾ ਗਿਆ। ਲੇਕਿਨ ਸਹਿਬ ਨੇ ਇੱਕੋ ਗੱਲ ਕਹੀ ਕਿ ਤੱਕਾ ਨਹੀਂ ਜਰਨਾ। ਬਾਅਦ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆਪਾਂ ਜਾਣਦੇ ਆਂ। ਸਹਿਬ ਦਾ ਸੀਸ ਉਹਨਾਂ ਦੇ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਜਿੱਥੇ ਬਾਪੂ ਜੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਸੀਸ ਗੰਜ ਸਹਿਬ ਗੁਰਦਰਾ ਮੌਜੂਦ ਹੈ ਜਿੱਥੇ ਸ਼ਹਾਦਤ ਹੋਈ ਤੇ ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਵੀ ਆਨੰਦਪੁਰ ਸਾਹਿਬ ਦੇ ਵਿੱਚ 2 300 ਮੀਲ ਦੂਰ ਸੀਸਗੰਜ ਗੁਰਦਰਾ ਸਾਹਿਬ ਮੌਜੂਦ ਹੈ ਸੋ ਕਿਸੇ ਦੂਸਰੇ ਦੇ ਲਈ ਕੀਤੀ ਹੋਈ ਇਹ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਪਿਆਰਿਓ ਅੱਜ ਆਪਾਂ ਸਾਰੇ ਕਹਿ ਰਹੇ ਆ ਕਿ ਕਿਸੇ ਨੂੰ ਰੋਟੀ ਦੇ ਕੇ ਸਕੂਨ ਮਿਲਦਾ ਹੈ ਕਿਸੇ ਨੂੰ ਕੱਪੜੇ ਦੇ ਕੇ ਸਕੂਨ ਮਿਲਦਾ ਹੈ ਪਤਾ ਨਹੀਂ ਕਿੰਨੀਆਂ ਕੋ ਸੋਸਾਇਟੀਆਂ ਆਰਗੇਨਾਈਜੇਸ਼ਨ ਬਣੀਆਂ ਨੇ ਕਿਸੇ ਦੂਸਰੇ ਦੇ ਲਈ ਪਰ ਉਸ ਟਾਈਮ ਜਿਹੜੇ ਹਾਲਾਤ ਸਨ ਗੁਰੂ ਤੇਗ ਬਹਾਦਰ ਸਾਹਿਬ ਦੇ ਟਾਈਮ ਐਸਾ ਨਹੀਂ ਸੀ ਕਿਸੇ ਦੇ ਲਈ ਮਰਨਾ ਸੌਖਾ ਨਹੀਂ ਸੀ ਤੇ ਸੋ ਸੈਭਗੁਰੂ ਤੇਗ ਬਹਾਦਰ ਮਹਾਰਾਜ ਨੇ ਕਰੋੜਾਂ ਲੋਕਾਂ ਨੂੰ ਬਚਾਉਣ ਦੇ ਲਈ ਆਪਣੀ ਕੁਰਬਾਨੀ ਦਿੱਤੀ ਸੋ Hindu ਧਰਮ ਦੇ ਲਈ ਕੀਤੀ ਹੋਈ ਇਹ ਸ਼ਹਾਦਤ ਉਹਨਾਂ ਦੇ ਧਰਮ ਸ਼ਾਸਤਰਾਂ ਨੂੰ ਬਚਾਉਣ ਲਈ ਕੀਤੀ ਹੋਈ ਇਹ ਸ਼ਹਾਦਤ ਰਹਿੰਦੀ ਦੁਨੀਆ ਤੱਕ ਰਹਿਣੀ ਹੈ ਤੇ ਨਾ ਸਾਨੂੰ ਭੁੱਲਣਾ ਚਾਹੀਦਾ ਤੇ ਨਾ ਕਿਸੇ ਹੋਰ ਨੂੰ ਭੁੱਲਣਾ ਚਾਹੀਦਾ ਕਿ ਉਹਨਾਂ ਦੀ ਸ਼ਹਾਦਤ ਦੇ ਨਾਲ ਹੀ ਆਪਾਂ ਜਿਉਂਦੇ ਆ ਸੋ ਪਿਆਰਿਓ ਆਓ ਆਪਾਂ ਵੀ ਸਿੱਖੀਏ ਕੁਝ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਭਾਵ ਦ੍ਰਿੜਤਾ ਰੱਖੋ ਆਪਣੇ ਧਰਮ ਦੇ ਵਿੱਚ ਪਿਆਰ ਕਰੋ ਸਤਿਗੁਰੂ ਨੂੰ ਤੇ ਗੁਰੂ ਦੇ ਕੋਲੋਂ ਇਹੀ ਮੰਗਿਆ ਕਰੋ ਕਿ ਮਹਾਰਾਜ ਆਪ ਜੀ ਆਪਣੇ ਚਰਨਾਂ ਦੇ ਨਾਲ ਇਸ ਤਰ੍ਹਾਂ ਹੀ ਜੋੜ ਕੇ ਰੱਖਿਓ ਆਓ ਜੀ